ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀਆਂ ਕਹਿੰਦੇ ਹਾਂ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਤੇ ਕੱਲ ਯਾਨੀ ਕਿ 23 ਜੂਨ ਨੂੰ ਏਅਰ ਇੰਡੀਆ ਦੇ ਕਨਿਕਸ਼ਾ ਜਹਾਜ਼ ਹਾਦਸੇ ਦੀ ਜੋ 35ਵੀਂ ਸਾਲਾਨਾ ਬਰਸੀ ਸੀ, ਇਸ ਦੁਖਦ ਹਾਦਸੇ ਦੇ ਵਿੱਚ 331 ਬੇਗੁਨਾਹ ਯਾਤਰੀ ਮਾਰੇ ਗਏ ਸਨ। ਇਹ ਸਾਰਾ ਕਾਰਾ ਭਾਰਤੀ ਖੁਫੀਆ ਏਜੰਸੀ ਰਾਦਾ ਸੀ, ਪਰ ਇਸ ਹਾਦਸੇ ਦੀ ਆੜ ਦੇ ਵਿੱਚ ਖਾਲਿਸਤਾਨੀ ਸੰਘਰਸ਼ ਨੂੰ ਬਦਨਾਮ ਕੀਤਾ ਗਿਆ। ਭਾਰਤੀ ਖੁਫੀਆ ਏਜੰਸੀਆਂ ਕਿਵੇਂ ਸਿੱਖਾਂ ਅਤੇ ਕਸ਼ਮੀਰੀਆਂ ਵਿੱਚ ਘੁਸਪੈਠ ਕਰਕੇ ਇਹਨਾਂ ਆਜ਼ਾਦੀ ਤਹਿਰੀਕਾਂ ਨੂੰ ਬਦਨਾਮ ਕਰ ਰਹੀਆਂ ਹਨ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਡਾਕਟਰ ਸਾਹਿਬ ਨੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ, ਸਾਨੂੰ ਕੱਲ ਵੀ ਬਹੁਤ ਸਾਰੇ ਸਾਡੇ ਵੀਰਾਂ ਭੈਣਾਂ ਨੇ, ਖਾਸ ਤੌਰ ਤੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵੀ ਸਟੇਟਮੈਂਟ ਇਸ ਦੇ ਉੱਤੇ ਸੀ, ਕੁਛ ਹੋਰ ਵੀਰਾਂ ਵੱਲੋਂ ਵੀ ਇਸ ਦੇ ਉੱਤੇ ਪ੍ਰੋਗਰਾਮ ਕੀਤੇ ਗਏ। ਜੇ ਕਿਹਾ ਗਿਆ ਸੀ ਕਿ ਤੁਸੀਂ ਵੀ ਇਸ ਦੇ ਉੱਤੇ ਇੱਕ ਸੈਗਮੈਂਟ ਕਰੋ, ਕਿਉਂਕਿ ਕੱਲ ਉਹ ਅਨਫੋਰਚੁਨੇਟ ਡੇ ਸੀ ਜਦੋਂ ਕਿ 35 ਸਾਲ ਪਹਿਲਾਂ 23 ਜੂਨ 1985 ਨੂੰ ਏਅਰ ਇੰਡੀਆ ਦਾ ਜਹਾਜ਼ ਕਨਿਸ਼ਕਾ ਜਿਹੜਾ ਕਿ ਕੈਨੇਡਾ ਤੋਂ ਜਿਸਨੇ ਫਲਾਈਟ ਭਰੀ ਔਰ ਉਹ ਆਇਰਲੈਂਡ ਦੇ ਉਸ ਸਮੁੰਦਰ ਦੇ ਵਿੱਚ ਜਾ ਕੇ ਐਟਲਾਂਟਿਕ ਦੇ ਵਿੱਚ ਡਿੱਗਿਆ ਬਲਾਸਟ ਹੋਣ ਤੋਂ ਬਾਅਦ, ਔਰ ਉਸ ਦੇ ਵਿੱਚ ਜਿਹੜੇ ਨੇ 331 ਬੇਗੁਨਾਹ ਜਿਹਨਾਂ ਦੇ ਵਿੱਚ ਪੈਸੈਂਜਰ ਵੀ ਸਨ ਔਰ ਉਹਨਾਂ ਦਾ ਕਰੂ ਵੀ ਸੀ, ਉਹ ਮਾਰੇ ਗਏ। ਔਰ ਜ਼ਾਹਿਰ ਹੈ ਕਿ ਇਹ ਜਿਹੜਾ ਹਾਦਸਾ ਹੈ, ਇਸ ਦੇ ਵਿੱਚ ਜਿਹੜੇ ਯਾਤਰੂ ਨੇ ਉਹ ਵੀ ਬੇਗੁਨਾਹ ਸੀ, ਕਰੂ ਵੀ ਬੇਗੁਨਾਹ ਸੀ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਇਸ ਸਾਰੇ ਕੇਸ ਦਾ ਮੀਡੀਆ ਟ੍ਰਾਇਲ ਭਾਰਤੀ ਏਜੰਸੀਆਂ ਨੇ ਕੀਤਾ ਹੈ, ਇਸ ਤੋਂ ਪਹਿਲਾਂ ਕਿ ਦੂਸਰਾ ਟ੍ਰਾਇਲ ਸ਼ੁਰੂ ਹੁੰਦਾ ਹੈ, ਜਿਹੜਾ ਦੂਸਰਾ ਟ੍ਰਾਇਲ ਚੱਲਿਆ ਔਰ ਇਵੈਂਚੁਅਲੀ ਜਿਹੜਾ ਉਸ ਬਾਰੇ ਵੀ ਅਸੀਂ ਗੱਲ ਕਰਾਂਗੇ, ਲੇਕਿਨ ਇਸ ਇੱਕ ਇਵੈਂਟ ਨੂੰ ਆਧਾਰ ਬਣਾ ਕੇ ਜਿਵੇਂ ਭਾਰਤੀ ਏਜੰਸੀਆਂ ਨੇ ਸਾਡੀ ਸਾਰੀ ਖਾਲਿਸਤਾਨ ਦੀ ਤਹਿਰੀਕ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਕੌਮਾਂਤਰੀ ਦਹਿਸ਼ਤਗਰਦੀ ਦੇ ਖਾਤੇ ਚ ਪਾਇਆ, ਮੈਨੂੰ ਨਹੀਂ ਲੱਗਦਾ ਕਿ ਹੋਰ ਕੋਈ ਮਿਸਾਲ ਮਿਲਦੀ ਹੈ ਇਸ ਦੀ। ਹਾਲਾਂਕਿ ਜਿਹੜੀਆਂ ਮੂਵਮੈਂਟਸ ਚੱਲਦੀਆਂ ਰਹੀਆਂ ਨੇ ਹੋਰ ਵੀ ਉਹਨਾਂ ਦੇ ਵਿੱਚ, ਬੇਸ਼ੱਕ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਜਾਂ ਪਿਛਲੇ 9/11 ਤੋਂ ਬਾਅਦ ਜਹਾਜ਼ ਅਗਵਾ ਕਰਨਾ ਜਾਂ ਜਹਾਜ਼ ਦੇ ਵਿੱਚ ਕੋਈ ਇਸ ਕਿਸਮ ਦਾ ਉਹ ਬੜੇ ਉਹਨੂੰ ਬੜਾ ਖਤਰਨਾਕ ਮੰਨਿਆ ਜਾਂਦਾ, ਲੇਕਿਨ ਅਸੀਂ ਬੇਸ਼ੱਕ ਹਵਾਈ ਜਹਾਜ਼ਾਂ ਦੀ ਕਾਢ ਜਾਂ ਉਹਨਾਂ ਦਾ ਵਰਤਾਰਾ 1930 ਚ ਸ਼ੁਰੂ ਹੋਇਆ, ਲੇਕਿਨ 1950 ਤੋਂ ਹੀ ਅਸੀਂ ਦੇਖਦੇ ਹਾਂ ਕਿ ਆਪਣਾ ਸਿਆਸੀ ਨਜ਼ਰੀਆ ਅੱਗੇ ਤੋਰਨ ਦੇ ਲਈ ਜਾਂ ਆਪਣੇ ਕਿਸੇ ਮੂਵਮੈਂਟ ਦੇ ਇਨਸਾਫ ਦੇ ਲਈ ਹਾਈਜੈਕਿੰਗ ਜਿਹੜੀਆਂ ਨੇ ਉਹ ਅਕਸਰ ਫਰੀਡਮ ਮੂਵਮੈਂਟ ਜਿਹੜੀਆਂ ਨੇ ਉਹਨੂੰ PLO ਹੋਏ ਜਾਂ ਦੂਸਰੇ ਹੋਰ ਨਾਲ ਸੰਬੰਧਿਤ ਹੋਣ। ਈਵਨ ਅਸੀਂ ਜੇ ਸਿੱਖ ਲਹਿਰ ਦੇ ਹਵਾਲੇ ਨਾਲ ਵੀ ਦੇਖੀਏ ਤੇ ਭਾਈ ਗਜਿੰਦਰ ਸਿੰਘ ਹੋਰਾਂ ਨੇ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਗ੍ਰਿਫਤਾਰੀ ਚੌਂਕ ਮਹਿਤੇ ਹੁੰਦੀ ਹੈ ਤੇ ਉਹ ਵੀ ਆਪਣੇ 4 ਸਾਥੀਆਂ ਦੇ ਨਾਲ ਇੱਕ ਜਹਾਜ਼ ਅਗਵਾ ਕਰਕੇ ਲਾਹੌਰ ਲੈ ਗਏ ਸੀ, ਔਰ ਪੰਜਾਬ ਵਿੱਚ 3 ਜਾਂ 4 ਇਸ ਕਿਸਮ ਦੀਆਂ ਜਹਾਜ਼ ਅਗਵਾ ਦੀਆਂ ਘਟਨਾਵਾਂ ਨੇ ਜਿਨ੍ਹਾਂ 'ਚ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਗਿਆ। ਹਾਲਾਂਕਿ ਮਕਸਦ ਉਦੋਂ ਵੀ ਜਿਹੜਾ ਹੁਣ ਸ਼ਾਇਦ ਕੋਈ ਨਹੀਂ ਕਰੇਗਾ, ਲੇਕਿਨ ਉਦੋਂ ਮਕਸਦ ਇਹੀ ਸੀ ਕਿ ਵੀ ਵਿਦਿਨ ਤੁਹਾਡੇ ਤੇ ਜ਼ੁਲਮ ਹੋ ਰਿਹਾ, ਤੁਹਾਡੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਹੈ। ਔਰ ਇਸ ਤਰੀਕੇ ਦੇ ਨਾਲ ਜਦੋਂ ਕੋਈ ਇਸ ਕਿਸਮ ਦਾ ਵਾਕਿਆ ਹੁੰਦਾ ਸੀ ਤੁਹਾਡੀ ਆਵਾਜ਼ ਜਿਹੜੀ ਆ ਉਹ ਦੁਨੀਆ ਸੁਣਦੀ ਸੀ, ਪਰ ਜਿਹੜੀ ਇਸ 35 ਵਰੇ ਪਹਿਲਾਂ ਦੀ ਘਟਨਾ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਇਸ ਨੂੰ ਭਾਰਤੀ ਖੁਫੀਆ ਏਜੰਸੀਆਂ ਨੇ ਪਲਾਨ ਕੀਤਾ, ਬੇਸ਼ੱਕ ਐਗਜ਼ੀਕਿਊਟ ਕਰਨ ਦੇ ਲਈ ਜਿਹੜੇ ਸਾਹਮਣੇ ਚਿਹਰੇ ਵਰਤੇ ਗਏ ਉਹ ਸਿੱਖ ਚਿਹਰੇ ਸਨ। ਬਹੁਤ ਵਾਰ ਇਹ ਵੀ ਇੱਕ ਕਨਫਲਿਕਟ ਹੁੰਦਾ ਹੈ ਵਿਦਨ ਦਾ ਕਮਿਊਨਿਟੀ, ਇਸ ਲਈ ਮੈਂ ਥੋੜਾ ਬਹੁਤ ਜਦੋਂ ਤੱਕ ਇਹ ਸਾਰੀ ਪਿਕਚਰ ਕਲੀਅਰ ਨਹੀਂ ਸੀ ਸਾਡਾ ਪਹਿਲੇ ਦਿਨ ਤੋਂ ਹੀ ਇਸ ਦੇ ਉੱਤੇ ਇਹ ਨਜ਼ਰੀਆ ਰਿਹਾ ਕਿ ਭਾਈ ਭਾਵਕ ਸਿੱਖ ਵਰਤੇ ਵੀ ਗਏ ਹੋ ਸਕਦੇ ਨੇ, ਪਰ ਇਹ ਕਾਰਾ ਜਿਹੜਾ ਹੈ ਉਹ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਖਾਸ ਤੌਰ ਤੇ ਰਾਹ ਜਿਹੜੀ ਨਟੋਰੀਅਸ ਹੈ ਬਹੁਤ ਸਾਰੇ ਇਸ ਕਿਸਮ ਦੀਆਂ ਕਾਰਵਾਈਆਂ ਦੇ ਕਰਨ ਦੇ ਲਈ, ਔਰ ਭਾਰਤ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਜਿਹੜਾ ਉਹ ਸਿੱਕਮ ਨੂੰ ਐਨੈਕਸ ਕੀਤਾ, ਕਿਵੇਂ ਇਹਨਾਂ ਦੀ ਨੇ ਜਿਹੜਾ ਉਹ ਮਸ਼ਕੀ ਬੰਗਾਲ ਦੇ ਵਿੱਚ ਆਪਣੇ ਆਪਰੇਟਿਵ ਰਾਹੀਂ ਮੁਕਤੀ ਵਾਹਿਨੀ ਦੇ ਨਾਂ ਥੱਲੇ ਕਿਵੇਂ ਪਾਕਿਸਤਾਨ ਨੂੰ 2 ਹਿੱਸਿਆਂ 'ਚ ਵੰਡਿਆ, ਔਰ ਅੱਜ ਇਹਨਾਂ ਦੀਆਂ ਏਜੰਸੀਆਂ, ਔਰ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਈਵਨ 2019 ਦਾ
ਜਿਹੜਾ ਪੁਲਵਾਮਾ ਅਟੈਕ ਹੈ ਉਹ ਵੀ ਇਹਨਾਂ ਦਾ ਹੀ ਕੰਮ ਸੀ ਖੁਦ ਜੋ ਕਿ ਇਹਨਾਂ ਨੇ ਚੋਣਾਂ ਜਿੱਤਣੀਆਂ ਸੀ ਔਰ ਅਜੀਤ ਡੋਭਾਲ ਜਿਹੜਾ ਇਹਨਾਂ ਦਾ ਹੁਣ ਸਰਗਣਾ ਹੈ ਉਸ ਜ਼ਮਾਨੇ ਦੇ ਵਿੱਚ ਇੰਟੈਲੀਜੈਂਸ ਬਿਊਰੋ ਚੀਫ ਪਹਿਲਾਂ ਰਿਹਾ ਮਲੋਏ ਧਾਰ ਜਿਹਦੇ ਆਪਣਾ ਦਾਅਵਾ ਹੈ ਕਿ ਉਹਨੇ ਪੰਜਾਬ ਦੇ ਵਿੱਚ ਜਿਹੜਾ ਖਾਸ ਤੌਰ ਤੇ ਆਪਰੇਸ਼ਨ ਬਲੈਕ ਥੰਡਰ ਤੋਂ ਵੀ ਪਹਿਲਾਂ ਜਿਹੜਾ ਆਪਰੇਸ਼ਨ ਬਲੈਕ ਥੰਡਰ ਦਾ ਕ੍ਰੈਡਿਟ ਤਾਂ ਇਹ ਅਜੀਤ ਡੋਭਾਲ ਲੈਂਦਾ ਕਿ ਜੀ ਮੈਂ ਕਿਵੇਂ ਦਰਬਾਰ ਸਾਹਿਬ ਜੀ ਇੱਕ ਘੁਸਪੈਠ ਕੀਤੀ ਮੈਂ ਜੁਝਾਰੂਆਂ ਨੂੰ ਇਹ ਗਲਤ ਭੁਲੇਖਾ ਦਿੱਤਾ ਕਿ ਮੈਂ ISI ਦਾ ਕਰਨਲ ਹੈ ਤੇ ਦਿਸ ਦੈਟ ਲੇਕਿਨ ਇਹ ਮਲੋਏ ਧਾਰ ਨੇ ਜਿਹਨੇ ਬਾਅਦ ਚ ਕਿਤਾਬ ਵੀ ਲਿਖੀ ਓਪਨ ਸੀਕ੍ਰੇਟ ਉਹਦੇ ਤੋਂ ਸਾਨੂੰ ਅੰਦਾਜ਼ਾ ਹੁੰਦਾ ਹੈ ਵੀ ਸਾਡੀ ਸਾਰੀ ਮੂਵਮੈਂਟ ਦੇ ਵਿੱਚ ਕਿਸ ਕਦਰ ਇਹਨਾਂ ਦੀਆਂ ਏਜੰਸੀਆਂ ਦੀ ਘੁਸਪੈਠ ਸੀ ਔਰ ਉਹੀ ਮਲੋਏ ਧਾਰ ਭਾਵੇਂ ਉਹਨੇ ਆਪਣਾ ਰੋਲ ਐਡਮਿਟ ਨਹੀਂ ਕੀਤਾ ਲੇਕਿਨ 84 ਤੋਂ ਬਾਅਦ ਉਹ ਭਾਰਤ ਦਾ ਹਾਈ ਕਮਿਸ਼ਨ ਜਿਹੜਾ ਆਟਵਾ ਦੇ ਵਿੱਚ ਹੈ ਉਹਦੇ ਚ ਜਿਹੜਾ ਚੀਫ ਇੰਟੈਲੀਜੈਂਸ ਦਾ ਬੰਦਾ ਸੀ ਔਰ ਉਹਦੇ ਆਪਣੇ ਕਹਿਣ ਮੁਤਾਬਕ ਕਿ ਮੈਂ ਬੰਗਾਲੀ ਹਾਂ ਮੈਨੂੰ ਗਾਣਾ ਵਜਾਣਾ ਵੀ ਆਉਂਦਾ ਮੈਂ ਆਟਵਾ ਦੇ ਗੁਰਦੁਆਰੇ ਦੇ ਵਿੱਚ ਵੀ ਕੀਰਤਨ ਕਰਦਾ ਰਿਹਾ ਜਾ ਕੇ ਸਿੱਖ ਇਹਦੇ ਤੇ ਹੀ ਖੁਸ਼ ਹੋਣੇ ਨੇ ਜੀ ਦੇਖੋ ਕੌਂਸਲੇਟ ਦਾ ਬੰਦਾ ਸ਼ਬਦ ਪੜ੍ਹ ਰਿਹਾ ਪਰ ਇਹ ਸਾਰੇ ਤਰੀਕੇ ਦੇ ਨਾਲ ਉਹਨਾਂ ਨੇ ਸਿੱਖਾਂ ਦੇ ਵਿੱਚ ਕਿਵੇਂ ਘੁਸਪੈਠ ਕੀਤੀ ਔਰ ਇਸ ਲੈਵਲ ਦਾ ਹਾਦਸਾ ਜਿਹੜਾ ਕੰਡੈਮਨੇਬਲ ਹੈ ਔਰ ਮੈਂ ਸਮਝ ਰਿਹਾ ਵੀ ਜਿਹੜੇ 331 ਬੇਗੁਨਾਹ ਮਾਰੇ ਗਏ ਜਦੋਂ ਵੀ ਇਹ ਦਿਨ ਆਉਂਦਾ ਹੋਏਗਾ ਉਹਨਾਂ ਦੇ ਪਰਿਵਾਰ ਜਨਾਂ ਦੇ ਉੱਤੇ ਕਿਸੇ ਦਾ ਪਤੀ ਕਿਸੇ ਦਾ ਭਰਾ ਕਿਸੇ ਦਾ ਪੁੱਤਰ ਕਿਸੇ ਦਾ ਬਾਪ ਜਿਹੜਾ ਉਹਨਾਂ ਤੋਂ ਵਿਛੜਿਆ ਉਹ ਕਿਵੇਂ ਮਹਿਸੂਸ ਕਰਦੇ ਹੋਣਗੇ ਅਸੀਂ ਕਿਉਂਕਿ 1.5 ਲੱਖ ਤੋਂ ਜ਼ਿਆਦਾ ਉਹਨਾਂ ਸ਼ਹੀਦਾਂ ਦੇ ਵਾਰਸ ਹੈ ਪੰਜਾਬ ਦੇ ਵਿੱਚ ਜਿਹਨਾਂ ਨੂੰ ਇਵੇਂ ਹੀ ਸਫਾਏ ਹਸਤੀ ਤੋਂ ਮਿਟਾਇਆ ਗਿਆ ਪਰ ਇਹ 331 ਲੋਕ ਉਸ ਸਾਜਿਸ਼ ਦਾ ਸ਼ਿਕਾਰ ਹੋਏ ਜਿਹੜੀ ਭਾਰਤੀ ਏਜੰਸੀਆਂ ਨੇ ਘੜੀ ਕਿਉਂਕਿ ਜੂਨ 84 ਦੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਔਰ ਫਿਰ ਨਵੰਬਰ 84 ਦੀ ਸਿੱਖ ਨਸਲਕੁਸ਼ੀ ਤੋਂ ਬਾਅਦ ਜਿਹੜੀ ਦੁਨੀਆਂ ਭਰ ਦੇ ਵਿੱਚ ਸਿੱਖਾਂ ਦੇ ਲਈ ਹਮਦਰਦੀ ਸੀ ਜਿਹੜੀ ਚੀਜ਼ ਸਾਨੂੰ ਜਿਹੜੀ ਹੈ ਉਹ ਖਾਲਿਸਤਾਨ ਦੀ ਲਿਬਰੇਸ਼ਨ ਵੱਲ ਜਾ ਰਹੀ ਸੀ ਉਸ ਇੰਟਰਨੈਸ਼ਨਲ ਸਿੰਪਥੀ ਦੇ ਨਾਲ ਉਹ ਅਮਰੀਕਾ ਦੇ ਸੈਨੇਟਰ ਕਾਂਗਰਸਮੈਨ ਹੋਣ ਜਾਂ ਈਵਨ ਕੈਨੇਡਾ ਜਾਂ ਇੰਗਲੈਂਡ ਦੇ ਅੰਦਰ ਕਿਵੇਂ ਇਸ ਇੱਕ ਘਟਨਾ ਨੇ ਜਿਹੜੀ ਸਾਡੇ ਸਿਰ ਤੇ ਆਈ ਸੀ ਮੜੀ ਗਈ ਕਿ 35 ਸਾਲ ਬਾਅਦ ਵੀ ਉਹਦਾ ਨੈਰੇਟਿਵ ਜਦੋਂ ਤੱਕ ਜਿਹੜਾ ਉਹ ਬ੍ਰਿਟਿਸ਼ ਕੋਲੰਬੀਆ ਦੇ ਸੁਪਰੀਮ ਕੋਰਟ ਨੇ ਐਕੁਇਟ ਨਹੀਂ ਕੀਤਾ ਉਹਨਾਂ ਨੂੰ ਜਿਹੜੇ ਉਹਦੇ ਦੋ ਉਹਨਾਂ ਨੇ ਵੱਡੇ ਥੰਮ ਬਣਾਏ ਹਾਲਾਂ ਉਹਨਾਂ ਬਾਰੇ ਮੇਰੀ ਇੱਕ ਡਿਫਰੈਂਟ ਰਾਏ ਹੈ ਔਰ ਮੈਂ ਕਾਫੀ ਹੱਦ ਤੱਕ ਇਤਫਾਕ ਕਰਦਾ ਜਿਹੜਾ ਕੰਕਲੂਜਨ ਦੋ ਪ੍ਰੋਮੀਨੈਂਟ ਜਰਨਲਿਸਟ ਜਿਹੜੇ ਇਹਨਾਂ ਚ ਇੱਕ ਗਲੋਬ ਮੇਲ ਦਾ ਸੀ ਇੱਕ ਟੋਰਾਂਟੋ ਸਟਾਰ ਦਾ ਸੀ ਮਾਈਕ ਐਂਡਰਿਊ ਔਰ ਦੂਸਰੇ ਜ਼ਾਹਿਰ ਕਸ਼ਮੀਰੀ ਜਿਹਨਾਂ ਨੇ ਦ ਸਾਫਟ ਟਾਰਗੇਟ ਕਿਤਾਬ ਲਿਖੀ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਭਾਰਤੀ ਖੁਫੀਆ ਏਜੰਸੀਆਂ ਨੇ ਈਵਨ 84 ਤੋਂ ਪਹਿਲਾਂ ਹੀ ਕੈਨੇਡਾ ਦੇ ਗੁਰਦੁਆਰਿਆਂ ਦੇ ਵਿੱਚ ਘੁਸਪੈਠ ਕੀਤੀ ਉਹਨਾਂ ਨੇ ਵੈਸਟਰਨ ਗੁਰਦੁਆਰੇ ਦਾ ਜ਼ਿਕਰ ਕੀਤਾ ਹੈ ਫਿਰ ਉਹਨਾਂ ਨੇ ਜਿਹਨਾਂ ਦੇ ਨਾਂ ਲਏ ਕਿ ਕਿਵੇਂ ਇਹ ਬੰਦੇ ਜਿਹਨਾਂ ਚ ਇੱਕ ਮੈਂ ਨਾਂ ਲੈ ਦਿਆਂਗਾ ਕਿਉਂਕਿ ਉਸ ਨੂੰ ਬੇਸ਼ੱਕ ਸੁਪਰੀਮ ਕੋਰਟ ਕੈਨੇਡਾ ਨੇ ਐਕੁਇਟ ਕਰ ਦਿੱਤਾ ਸੀ ਪਰ ਜਸਟਿਸ ਬਰੂਸ ਨੇ ਆਪਣੇ ਫੈਸਲੇ ਚ ਲਿਖਿਆ ਸੀ ਐਕੁਇਟਲ ਵਾਜ਼ ਨਾਟ ਡੈਕਲਰੇਸ਼ਨ ਆਫ ਇਨੋਸੈਂਸ ਕਿ ਕ੍ਰੈਡੀਬਲ ਐਵੀਡੈਂਸ ਨਹੀਂ ਹੈ ਇਸ ਲਈ ਤੈਨੂੰ ਛੱਡ ਰਹੇ ਹਾਂ ਬਟ ਐਕੁਇਟਲ ਵਾਜ਼ ਨਾਟ ਡੈਕਲਰੇਸ਼ਨ ਆਫ ਇਨੋਸੈਂਸ ਇਹਦਾ ਮਤਲਬ ਇਹ ਨਹੀਂ ਹੈ ਕਿ ਤੂੰ ਇਨੋਸੈਂਟ ਹੈ ਔਰ ਉਹ ਬੰਦਾ ਰਿਪੁਦਮਨ ਸਿੰਘ ਮਲਿਕ ਜਿਸ ਦਾ ਜ਼ਿਕਰ ਸਾਫਟ ਟਾਰਗੇਟ ਦੇ ਵਿੱਚ ਵੀ ਕੀਤਾ ਗਿਆ ਕਿ ਕਿਵੇਂ ਇਹ ਫਾਈਨੈਂਸ਼ੀਅਲ ਵੀ ਸੀ ਕਿਵੇਂ ਇਹਨੇ ਬਾਕੀਆਂ ਨੂੰ ਫਾਇਆ ਹੋਏਗਾ ਪਰ ਇਸ ਤੋਂ ਵੱਡਾ ਕੀ ਸਬੂਤ ਹੋ ਸਕਦਾ ਕਿ ਜਿਹੜਾ ਬੰਦਾ ਪ੍ਰਾਈਮ ਐਕਿਊਜ਼ਡ ਹੋਏ ਜਿਹਨੂੰ ਈਵਨ ਛੱਡਣ ਲੱਗੇ ਵੀ ਜੱਜ ਕਹੇ ਵੀ ਇਹਦਾ ਮਤਲਬ ਇਹ ਨਹੀਂ ਔਰ ਇਸੇ ਲਈ ਉਹ ਕੋਈ ਸਿਵਲ ਸੂਟ ਨਹੀਂ ਕਰ ਸਕਿਆ ਕੈਨੇਡੀਅਨ RCMP ਤੇ ਜਾਂ ਦੂਜੇ ਕਿ ਜੀ ਮੈਨੂੰ ਝੂਠਾ ਕੇਸ ਵਸਾਇਆ ਮੇਰਾ ਇੰਨੇ ਲੱਖ ਦਾ ਨੁਕਸਾਨ ਹੋਇਆ ਸੋ ਇਹ ਗੱਲ ਸਾਫਟ ਟਾਰਗੇਟ ਨੇ ਵੀ ਕਹੀ ਸੀ ਔਰ ਇਹ ਰਿਪੁਦਮਨ ਸਿੰਘ ਮਲਿਕ 2019 ਦੇ ਵਿੱਚ ਭਾਰਤ ਦਾ ਵੀਜ਼ਾ ਲੈ ਕੇ ਜਾਂਦੇ ਨੇ ਭਾਰਤ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇੱਥੇ ਜਿਹੜਾ ਕੋਈ ਕਦੇ ਪ੍ਰੋਟੈਸਟ ਦੇ ਵਿੱਚ ਵੀ ਚਲਾ ਜਾਂਦਾ ਹੈ ਉਹਨੂੰ ਵੀ ਆਧਾਰ ਬਣਾ ਕੇ ਵੀਜ਼ਾ ਡਿਨਾਈ ਕਰ ਦਿੰਦੀਆਂ ਨੇ ਐਮਬੈਸੀਆਂ ਕੌਂਸਲੇਟ ਉਹ ਫੋਟੋਆਂ ਰੱਖੀਆਂ ਹੁੰਦੀਆਂ ਨੇ ਉਹਨਾਂ ਨੇ ਕਿ ਕਿਵੇਂ ਇੱਕ ਬੰਦਾ ਜਿਹੜਾ ਮਾਸਟਰ ਮਾਇੰਡ ਹੈ ਉਹਨਾਂ ਦੀ ਕੈਨੇਡਾ ਦੇ ਟ੍ਰਾਇਲ ਦੇ ਮੁਤਾਬਕ ਵੀ ਔਰ ਸਾਫਟ ਟਾਰਗੇਟ ਹਾਲਾਂ ਮੈਂ ਇਹ ਹੁਣ ਅੱਜ ਇਸ ਲਈ ਦਾਅਵੇ ਨਾਲ ਸਾਫਟ ਟਾਰਗੇਟ ਦਾ ਇਸ ਨਾਂ ਨੂੰ ਲੈ ਰਿਹਾ ਜਿਸ ਲੈਵਲ ਦਾ ਇਹ ਬੰਦਾ ਸੀ ਜਿੰਨਾ ਅਮੀਰ ਬੰਦਾ ਖਾਲਸਾ ਕ੍ਰੈਡਿਟ ਯੂਨੀਅਨ ਬਣਾਈ ਹੋਈ ਹੈ ਖਾਲਸਾ ਸਕੂਲ ਸਰੀ ਚ ਬਣਾਇਆ ਹੋਇਆ
ਔਰ ਮਲਟੀ ਮਿਲੀਨੇਅਰ ਹੁਣ ਜੇ ਤੁਹਾਡਾ ਰੋਲ ਨਾ ਹੋਏ ਤੇ ਤੁਹਾਨੂੰ ਕੋਈ ਕਿਤਾਬ ਜਾਂ ਕਿਤੇ ਤੁਹਾਨੂੰ ਦੋਸ਼ੀ ਠਹਿਰਾਏ ਪਹਿਲੀ ਗੱਲ ਇੱਥੇ ਹੁੰਦੀ ਹੈ ਵੀ ਮੈਂ ਤੈਨੂੰ ਤੇਰੇ ਤੇ ਡੀਫੇਮੇਸ਼ਨ ਕੇਸ ਕਰਾਂਗਾ ਤੈਨੂੰ ਮੈਂ ਕੋਰਟ ਚ ਲਿਜਾਵਾਂਗਾ ਜਿਹੜਾ ਕਦੇ ਨਹੀਂ ਕੀਤਾ ਗਿਆ ਫਿਰ ਜੱਜ ਨੇ ਵੀ ਆਪਣੇ ਫੈਸਲੇ ਚ ਇਹ ਵੀ ਗੱਲ ਸਮਝ ਆ ਸਕਦੀ ਹੈ ਲੇਕਿਨ ਇਸ ਕਿਸਮ ਦੇ ਬੰਦੇ ਨੂੰ ਵੀਜ਼ਾ ਦੇਣਾ ਇਹ ਤੋਂ ਫਿਰ ਕੀ ਰਹਿ ਜਾਂਦਾ ਹੈ ਪਿੱਛੇ ਕਿ ਬਈ ਸਾਰੇ ਦੇ ਪਿੱਛੇ ਕੌਣ ਸੀ ਹਾਲਾਂ ਠੀਕ ਹੈ ਜਿਹੜੇ ਅੱਗੇ ਵਰਤੇ ਗਏ ਚਿਹਰੇ ਔਰ ਉਹਦੇ ਚ ਅਸੀਂ ਦੇਖਦੇ ਹਾਂ ਕਿ ਕਿਵੇਂ ਤਲਵਿੰਦਰ ਸਿੰਘ ਪਰਮਾਰ ਜਿਹਨਾਂ ਨੂੰ ਭਾਰਤੀ ਏਜੰਸੀਆਂ ਨੇ ਫੜ ਕੇ ਹੋਟਲ ਚੋਂ ਚੁੱਕ ਕੇ ਜਿਹੜਾ ਫਲੋਰ ਦੇ ਨੇੜੇ ਜਿੱਥੇ ਵੀ ਉਹਨਾਂ ਨੂੰ ਟੋਰਚਰ ਕਰਕੇ ਸ਼ਹੀਦ ਕੀਤਾ 1992 ਦੇ ਵਿੱਚ ਹੁਣ ਤਲਵਿੰਦਰ ਸਿੰਘ ਪਰਮਾਰ ਜਿਹਨਾਂ ਨੂੰ ਉਹਨਾਂ ਨੇ ਪ੍ਰਾਈਮ ਸਸਪੈਕਟ ਇਹਦੇ ਚ ਬਣਾਇਆ ਸੀ ਕਿਉਂਕਿ ਇਹ ਨਜ਼ਦੀਕੀਆਂ ਵੀ ਸੀ ਰਿਪਦਮਨ ਸਿੰਘ ਮਲਕ ਦੇ ਨਾਲ ਔਰ ਉਹ ਕੈਨੇਡੀਅਨ ਸਿਟੀਜ਼ਨ ਸਨ ਸੋ ਜੇ ਭਾਰਤੀ ਏਜੰਸੀਆਂ ਦਾ ਰੋਲ ਨਾ ਹੁੰਦਾ ਤੇ ਉਹਨਾਂ ਦੇ ਕੋਲ ਤਾਂ ਮੌਕਾ ਸੀ ਕਿ ਤਲਵਿੰਦਰ ਸਿੰਘ ਪਰਮਾਰ ਉਹਨਾਂ ਦੇ ਕਾਬੂ ਚ ਆਏ ਔਰ ਉਹ ਐਕਸਟਰਾਡਾਈਟ ਕਰਦੇ ਉਹਨਾਂ ਨੂੰ ਕੈਨੇਡਾ ਚ ਉਹਨਾਂ ਦੇ ਉੱਤੇ ਟ੍ਰਾਇਲ ਚਲਾਉਂਦੇ ਦੁਨੀਆਂ ਨੂੰ ਦੱਸਦੇ ਕੀ ਹੈ ਸੋ ਉਹਨਾਂ ਨੂੰ ਵੀ ਪਤਾ ਸੀ ਵੀ ਕਈ ਵਾਰ ਜਿਹੜੇ ਜਜ਼ਬਾਤੀ ਇਨਸਾਨ ਵਰਤੇ ਜਾਂਦੇ ਨੇ ਉਹਨਾਂ ਏਜੰਸੀਆਂ ਨੂੰ ਵੀ ਫਿਕਰ ਹੁੰਦਾ ਹੈ ਕਿ ਭਾਈ ਉਹਨਾਂ ਨੇ ਆਪਣਾ ਮੂੰਹ ਖੋਲ ਦੇਣਾ ਸੋ ਉਹਨਾਂ ਨੇ ਟੋਰਚਰ ਕਰਕੇ ਤਲਵਿੰਦਰ ਸਿੰਘ ਪਰਮਾਰ ਉਹਨਾਂ ਨੂੰ ਸ਼ਹੀਦ ਕੀਤਾ ਐਲੀਮੀਨੇਟ ਕੀਤਾ ਔਰ ਇਹਦਾ ਰਿਪਦਮਨ ਸਿੰਘ ਮਲਕ ਜਿਹੜਾ ਉਹ ਬੜੀ ਸ਼ਾਨ ਦੇ ਨਾਲ ਠਾਠ ਦੇ ਨਾਲ ਭਾਰਤ ਜਾਂਦਾ ਸੋ ਇਸ ਗੱਲ ਦਾ ਮੈਂ ਸਿਰਫ ਇੱਕ ਇਸ ਕੇਸ ਤੇ ਹੀ ਫੋਕਸ ਨਹੀਂ ਕਰਨਾ ਚਾਹੁੰਦਾ ਇਸ ਗੱਲ ਦਾ ਧਿਆਨ ਰਹੇ ਕਿ ਇਹਨਾਂ ਸਾਰੇ 35-36 ਸਾਲਾਂ ਚ ਕਿਸ ਹੱਦ ਤੱਕ ਭਾਰਤੀ ਏਜੰਸੀਆਂ ਦੀ ਘੁਸਪੈਠ ਹੈ ਜੇ ਮੈਂ ਉਹਦੇ ਵੇਰਵੇ ਚ ਜਾਵਾਂ ਤੇ ਮੇ ਬੀ ਆਵਰਸ ਐਂਡ ਆਵਰਸ ਦੀ ਲੋੜ ਹੋਏਗੀ ਈਵਨ ਜੇ ਅਸੀਂ ਜਰਮਨੀ ਦੇ ਹਵਾਲੇ ਨਾਲ ਦੇਖੀਏ ਕਿ ਪਿਛਲੇ ਇੱਕ ਸਾਲ ਦੇ ਵਿੱਚ ਦੋ ਜਿਹੜੀਆਂ ਇੰਡਾਇਕਟਮੈਂਟਸ ਇੱਕ ਦੇ ਵਿੱਚ ਕਨਵਿਕਸ਼ਨ ਵੀ ਉਹ ਕੈਨੇਡਾ ਦੀਆਂ ਖੁਫੀਆ ਏਜੰਸੀਆਂ ਨੇ ਕੀਤੀਆਂ ਨੇ ਉਹਨਾਂ ਭਾਰਤੀਆਂ ਦੀਆਂ ਜਿਹੜੇ ਸਿੱਖੀ ਰੂਪ ਚ ਨੇ ਔਰ ਜਿਹਨਾਂ ਬਾਰੇ ਹੈ ਕਿ ਭਾਈ ਇਹ ਸਿੱਖ ਸਿਆਸੀ ਜਥੇਬੰਦੀਆਂ ਗੁਰਦੁਆਰਿਆਂ ਚ ਔਰ ਕਸ਼ਮੀਰੀ ਜਥੇਬੰਦੀਆਂ ਦੇ ਨੈਟਵਰਕ ਚ ਵੜ ਕੇ ਕਿਵੇਂ ਇਹ ਭਾਰਤ ਦੀ ਏਜੰਸੀ ਰਾਹ ਲਈ ਕੰਮ ਕਰ ਰਹੇ ਸੀ ਕਿੰਨੀ ਪੇਮੈਂਟ ਇਹਨਾਂ ਨੂੰ ਮਿਲਦੀ ਸੀ ਮੈਂ ਤਾਂ ਇੱਥੇ 30-35 ਸਾਲ ਦੇ ਵਿੱਚ ਅਮਰੀਕਾ ਦੇ ਵਿੱਚ ਬਹੁਤ ਕੁਛ ਦੇਖਿਆ ਔਰ ਜਿਹੜੇ ਲੋਕ ਖਾਸ ਤੌਰ ਤੇ ਜਦੋਂ ਟਾਰਗੇਟ ਕਰਦੇ ਨੇ ਜਿਹੜੇ ਵੀ ਕੰਮ ਕਰਨ ਵਾਲੇ ਨੇ ਉਹਨਾਂ ਦੀ ਕਰੈਕਟਰ ਅਸੈਸੀਨੇਸ਼ਨ ਕਰਦੇ ਨੇ ਤੇ ਮੈਨੂੰ ਕਦੇ ਕੋਈ ਭੁਲੇਖਾ ਨਹੀਂ ਹੁੰਦਾ ਕਿ ਭਾਈ ਇਹਨਾਂ ਦਾ ਬ੍ਰੈਡ ਬਟਰ ਕਿੱਥੋਂ ਆ ਰਿਹਾ ਇਹਨਾਂ ਦੀ ਜਿਹੜੀ ਆ ਤੋਰੀ ਫੁਲਕਾ ਕਿੱਥੋਂ ਚੱਲ ਰਿਹਾ ਸੋ ਸਾਡੇ ਮੇਜਰ ਗੁਰਦੁਆਰੇ ਹੋਣ ਸਾਡੀਆਂ ਤਨਜ਼ੀਮਾਂ ਹੋਣ ਉਹਨਾਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਜਿਹੜੀ ਆ ਉਹ ਇਨਫਿਲਟਰੇਸ਼ਨ ਹੈ ਔਰ ਬਹੁਤ ਵਾਰ ਜਿਹੜੇ ਈਵਨ ਪੰਜਾਬ ਦੇ ਹਵਾਲੇ ਨਾਲ ਵੀ ਜੇ ਕਈ ਵਾਰੀ ਧਾਰਮਿਕ ਮੁੱਦਿਆਂ ਦੇ ਉੱਤੇ ਜਿਵੇਂ ਦੇ ਵਿਵਾਦ ਇੱਕ ਵਰਸਸ ਦੂਜਾ ਹੁੰਦਾ ਹੈ ਮੈਨੂੰ ਕਦੇ ਕੋਈ ਭੁਲੇਖਾ ਨਹੀਂ ਹੁੰਦਾ ਵੀ ਇਹ ਜਿਹੜੇ ਵਿਵਾਦਾਂ ਦੇ ਨੂੰ ਤੋਰਨ ਵਾਲੇ ਨੇ ਇਹਨਾਂ ਦੀ ਤਾਂ ਕੋਈ ਨਾ ਕੋਈ ਬੈਠਾ ਈਗੋ ਮਸਾਜ ਕਰ ਰਿਹਾ ਇਹਨਾਂ ਦੀ ਹੋਮੈ ਨੂੰ ਪੱਠੇ ਪਾ ਰਿਹਾ ਔਰ ਉਹ ਆਪਣੇ ਕੰਮ ਲੱਗੇ ਹੋਏ ਨੇ ਉਹ ਸਮਝਦੇ ਨੇ ਕਿ ਜੀ ਅਸੀਂ ਆਪਣੇ ਤੌਰ ਤੇ ਕੋਈ ਮਰਿਆਦਾ ਸ਼ੁੱਧ ਕਰ ਰਹੇ ਹੈ ਜਾਂ ਕੋਈ ਇਤਿਹਾਸ ਸਾਫ ਕਰ ਰਹੇ ਹੈ ਪਰ ਇਹ ਨਹੀਂ ਹੈ ਕੌਮ ਦੀਆਂ ਬੇੜੀਆਂ ਤੁਸੀਂ ਵੱਟੇ ਪਾ ਰਹੇ ਹੋ ਕਿਉਂਕਿ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਵੀ ਮੁੱਦਾ ਖਾਲਿਸਤਾਨ ਦੀ ਆਜ਼ਾਦੀ ਤੋਂ ਦੂਰ ਲਿਜਾਣ ਵਾਲਾ ਹੈ ਉਸ ਦੇ ਉੱਤੇ ਜਿਹੜੀ ਵੀ ਕੋਈ ਗੱਲ ਕਰਦਾ ਔਰ ਜਿਹੜਾ ਵੀ ਧਿਆਨ ਵਟਾਉਂਦਾ ਉਹ ਸਮਝੋ ਕਿਤੇ ਨਾ ਕਿਤੇ ਏਜੰਸੀਆਂ ਦੀ ਖੇਡ ਹੀ ਖੇਡ ਰਿਹਾ ਹੈ ਔਰ ਮੈਂ ਸਮਝ ਰਿਹਾ ਵੀ ਇਸ ਏਅਰ ਇੰਡੀਆ ਦੇ ਹਾਦਸੇ ਨੇ ਜਿਸ ਦੇ ਬਾਰੇ ਬੇਸ਼ੱਕ ਆਇਆ ਕਿ ਜੀ ਟਰੂਥ ਕਮਿਸ਼ਨ ਬਣਾਇਆ ਜਾਏ ਮੰਗ ਵੀ ਹੋਈ ਹਾਫ ਹਾਰਟਿਡ ਐਫਰਟ ਵੀ ਹੋਇਆ ਹਾਲਾਂ ਸੋਫਟ ਟਾਰਗੇਟ ਨੇ ਬਿਲਕੁਲ ਠੀਕ ਕਿਹਾ ਉਹਨਾਂ ਨੇ ਕਿਹਾ ਜੀ ਲੈ ਜਾਓ ਗੱਡੀ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ ਓਟਵਾ ਚ ਇੰਡੀਅਨ ਕੌਂਸਲੇਟ ਦੇ ਬਾਹਰ ਟੋਰਾਂਟੋ ਔਰ ਵੈਨਕੂਵਰ ਚ ਔਰ ਜਿੰਨੇ ਲੀਡ ਨੇ ਸਾਰੀਆਂ ਜਿੰਨੇ ਫਿੰਗਰ ਪ੍ਰਿੰਟ ਨੇ ਇਹ ਸਾਰੇ ਤੇ ਤੁਹਾਨੂੰ ਇਹਨਾਂ ਦੇ ਨਜ਼ਰ ਆਉਣਗੇ ਹਾਲਾਂ ਉਹਦੇ ਤੋਂ ਬਾਅਦ ਇਹ ਆਇਆ ਕਿ ਕਾਲੂਵਾਲੀਆ ਨਾਂ ਦਾ ਬੰਦਾ ਜਿਹੜਾ ਬਾਅਦ ਚ ਗਾਇਬ ਹੀ ਹੋ ਗਿਆ ਜਾਂ ਉਹਨਾਂ ਪੱਗ ਬੰਨੀ ਹੁੰਦੀ ਸੀ ਉਹਨੇ ਸਿੱਖ ਬਣ ਸੀ ਔਰ ਉਹਨੂੰ ਜਿਹੜਾ ਕੈਨੇਡਾ ਨੇ ਪਰਸੋਨਾ ਨੋਨ ਗ੍ਰੈਟਾ ਡਿਕਲੇਅਰ ਕਰਕੇ ਕੱਢ ਦਿੱਤਾ ਸੀ ਕੈਨੇਡਾ ਚੋਂ ਪਰ ਨਾ ਕਦੇ ਕੈਨੇਡਾ ਸਰਕਾਰ ਨੇ ਐਡਮਿਟ ਕਿਉਂਕਿ ਕੈਨੇਡੀਅਨ ਇੰਟੈਲੀਜੈਂਸ ਦੀ ਇਹ ਬਹੁਤ ਵੱਡੀ ਫੇਲਿਓਰ ਸੀ ਕਿ ਕਿਵੇਂ ਭਾਰਤੀ ਏਜੰਸੀਆਂ ਦਾ ਨੈਟਵਰਕ ਜਿਹੜਾ ਕੈਨੇਡੀਅਨ ਇੰਟੈਲੀਜੈਂਸ ਏਜੰਸੀਆਂ ਚ ਵੀ ਘੁਸਪੈਠ ਕੀਤੀ ਉਹਨਾਂ ਨੇ ਸਿੱਖ ਜਥੇਬੰਦੀਆਂ ਚ ਵੀ ਕੀਤੀ
ਉਹਨਾਂ ਨੂੰ ਉਹਨਾਂ ਨੇ ਜਿਹੜਾ ਇਸ ਪਾਸੇ ਵੱਲ ਤੋਰਿਆ ਔਰ ਇਸ ਗੱਲ ਦਾ ਉਹਦੇ ਵਿੱਚ ਮੈਂਸ਼ਨ ਹੈ ਸਾਫ਼ ਟਾਰਗੇਟ ਕਿ ਜਿਹਨਾਂ ਭਾਰਤੀ ਹਾਈ ਕਮਿਸ਼ਨ ਕੌਂਸਲੇਟ ਦੇ ਦੋ ਤਿੰਨ ਦੇ ਟੱਬਰ ਬੱਚੇ ਜਾ ਰਹੇ ਸੀ ਉਸ ਫਲਾਈਟ ਦੇ ਵਿੱਚ ਐਨ ਦੋ ਦਿਨ ਪਹਿਲਾਂ ਉਹਨਾਂ ਦੇ ਜਿਹੜੀਆਂ ਨੇ ਟਿਕਟਾਂ ਕੈਂਸਲ ਕਰਵਾ ਲਈਆਂ ਉਹਨਾਂ ਨੇ ਉਹ ਨਹੀਂ ਗਏ। ਇਹਦਾ ਮਤਲਬ ਇਹ ਹੈ ਕਿ ਉਹ ਮੋਨੀਟਰ ਕਰ ਰਹੇ ਸੀ, ਆਮ ਲੋਕਾਂ ਨੂੰ ਨਹੀਂ ਸੀ ਪਤਾ ਕੀ ਹੋ ਰਿਹਾ। ਉਹਨਾਂ ਨੇ ਆਪਣੇ ਜਿਹੜੇ ਉਹਨਾਂ ਨੂੰ ਕਿਹਾ ਹੋਣਾ ਕਿ ਵੀ ਕੈਂਸਲ ਕਰੋ ਕਿਉਂਕਿ ਪਲੈਨਿੰਗ ਵੀ ਉਹਨਾਂ ਦੀ ਸੀ। ਔਰ ਇਸ ਸਾਰੇ ਪੀਰੀਅਡ ਚ ਕਿਵੇਂ ਜਦੋਂ ਟ੍ਰਾਇਲ ਵੀ ਚੱਲਿਆ ਇਹ ਗੱਲ ਸਾਹਮਣੇ ਆਈ ਕਿ ਕਿਵੇਂ ਜਿਹੜੀਆਂ ਟੇਪਸ ਜਿਹੜੀਆਂ ਸੀ ਉਹ ਡਿਸਟਰੋਏ ਕੀਤੀਆਂ ਗਈਆਂ ਆਰਸੀਐਮਪੀ ਵੱਲੋਂ, ਕਿਉਂਕਿ ਕੈਨੇਡੀਅਨ ਗਵਰਨਮੈਂਟ ਦੇ ਵੀ ਫੇਲਿਓਰ ਸੀ ਕਿ ਤੁਹਾਡੇ ਮੁਲਕ ਚ ਆ ਕੇ ਤੁਹਾਡੇ ਸਿਟੀਜ਼ਨ ਕੈਨੇਡਾ ਦੇ, ਉਹ ਭਾਵੇਂ ਉਹਨਾਂ ਚ ਸਿੱਖ ਵੀ ਹੋਣਗੇ, ਹਿੰਦੂ ਵੀ ਹੋਣਗੇ, ਅਮੈਰੀਕਨ ਵੀ ਹੋਣਗੇ ਔਰ ਕੈਨੇਡੀਅਨ ਗੋਰੇ ਵੀ ਸੀ, ਲੇਕਿਨ ਜ਼ਾਹਰ ਹੈ ਕਿ ਇਹ ਕੈਨੇਡੀਅਨ ਗਵਰਨਮੈਂਟ ਦਾ ਫਰਜ਼ ਸੀ ਕਿ ਉਹ ਆਪਣੇ ਸਿਟੀਜ਼ਨਸ ਨੂੰ ਜਿਹੜਾ ਉਹ ਸੇਫਟੀ ਪ੍ਰੋਵਾਈਡ ਕਰਦੇ। ਪਰ ਜੇ ਭਾਰਤੀ ਏਜੰਸੀਆਂ ਨੇ ਇਹਨਾਂ ਦੀਆਂ ਅੱਖਾਂ ਚ ਘੱਟਾ ਪਾ ਕੇ ਇਹਨਾਂ ਨੂੰ ਮਿਸ ਇਨਫੋਰਮੇਸ਼ਨ ਦਿੱਤੀ ਔਰ ਇਸ ਕਿਸਮ ਦਾ ਕਾਰਾ ਕਰਵਾਇਆ ਤੇ ਇਹ ਉਹਨਾਂ ਦੀ ਫੇਲਿਓਰ ਸੀ, ਪਰ ਉਹਨਾਂ ਨੇ ਕਦੇ ਵੀ ਭਾਰਤ ਦੇ ਖਿਲਾਫ ਇਸ ਕਿਸਮ ਦੀ ਲਾਈਨ ਨੂੰ ਨਹੀਂ ਲਿਆ। ਅੱਜ ਵੀ ਕਿਹਾ ਤਾਂ ਇਹ ਜਾਂਦਾ ਜੀ 35-36 ਸਾਲ ਬਾਅਦ ਵੀ ਓਪਨ ਹੈ ਜੀ ਕੇਸ, ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਕੈਨੇਡੀਅਨ ਗਵਰਨਮੈਂਟ ਨੇ ਸਿੰਸੀਅਰਲੀ ਇਹ ਜਾਣਦੇ ਹੋਏ ਵੀ, ਔਰ ਇਹ ਗੱਲ ਉਦੋਂ ਦੀ ਨਹੀਂ ਹੈ, ਹੁਣ ਜੇ ਕੈਨੇਡੀਅਨ ਇੰਟੈਲੀਜੈਂਸ ਕਹਿੰਦੀ ਹੈ ਜੀ ਜਸਟਿਨ ਟਰੂਡੋ ਜਦੋਂ ਭਾਰਤ ਦੀ ਯਾਤਰਾ ਤੇ ਜਾਂਦੇ ਨੇ ਆਪਣੀ ਵਾਈਫ ਦੇ ਨਾਲ, ਉਹ ਕਿਵੇਂ ਇੱਕ ਅਟਵਾਲ ਨਾਂ ਦਾ ਬੰਦਾ ਜਿਹੜਾ ਉੱਥੋਂ ਵਿੱਚ ਵੜ ਜਾਂਦਾ ਔਰ ਉਹਨਾਂ ਨੇ ਇਹ ਮੰਨਿਆ ਕਿ ਜੀ ਇਹਨਾਂ ਦਾ ਇੰਟੈਲੀਜੈਂਸ ਆਪਰੇਸ਼ਨ ਸੀ ਔਰ ਉਹ ਬੰਦਾ ਜਿਹੜਾ ਉੱਥੇ ਵਾਇਲੈਂਸ ਲਈ ਜ਼ਿੰਮੇਵਾਰ ਸੀ ਉਹ ਜਸਟਿਨ ਟਰੂਡੋ ਦੀ ਵਾਈਫ ਦੇ ਨਾਲ ਫੋਟੋ ਲਵਾਉਂਦਾ ਉੱਥੇ ਵਿੱਚ ਅੰਦਰੂਨੀ, ਤੇ ਭਾਰਤੀ ਮੀਡੀਆ ਉਹਦੇ ਤੇ ਰੌਲਾ ਪਾ ਦਿੰਦਾ ਦੇਖੋ ਜੀ ਖਾਲਿਸਤਾਨੀ ਦਹਿਸ਼ਤਗਰਦ ਨੂੰ ਨਾਲ ਲੈ ਕੇ ਆਇਆ ਹੈ ਜਸਟਿਨ ਟਰੂਡੋ। ਸੋ ਜਿਹੜਾ ਉਹ ਬਦਨਾਮ ਕਰਨਾ ਚਾਹੁੰਦੇ ਸੀ ਉਹਨਾਂ ਨੇ ਕੀਤਾ, ਕੈਨੇਡੀਅਨ ਇੰਟੈਲੀਜੈਂਸ ਨੇ ਮੰਨਿਆ ਉਹਨਾਂ ਦੇ ਕਿ ਭਾਈ ਇਹ ਉਹਨਾਂ ਦਾ ਕੰਮ ਸੀ ਕਿ ਉਹਨੂੰ ਕਿਵੇਂ ਕਲੀਅਰੈਂਸ ਮਿਲੀ, ਲੇਕਿਨ ਜੇ ਪਹਿਲੀ ਸਟੇਜ ਦੇ ਉੱਤੇ ਏਅਰ ਇੰਡੀਆ ਦੇ ਮੁੱਦੇ ਦੇ ਉੱਤੇ ਹੀ ਜਿਹੜਾ ਕੈਨੇਡੀਅਨ ਸਰਕਾਰ ਨੇ ਕਲੀਅਰ ਭਾਵੇਂ ਉਹਨਾਂ ਦੇ ਉੱਤੇ ਹੀ ਜ਼ਿੰਮੇਵਾਰੀ ਆਉਂਦੀ ਤੇ ਅੱਜ ਭਾਰਤੀ ਖੁਫੀਆ ਏਜੰਸੀਆਂ ਜਿਸ ਹੱਦ ਤੱਕ ਜਾ ਕੇ ਐਕਟਿਵ ਨੇ ਇਹਨਾਂ ਮੁਲਕਾਂ ਦੇ ਵਿੱਚ ਕੈਨੇਡਾ ਚ ਵੀ, ਔਰ ਮੈਨੂੰ ਲੱਗਦਾ ਹੈ ਕਿ ਭਾਈ ਅਸੀਂ ਬਹੁਤ ਵਾਰੀ ਕਿਉਂਕਿ ਅਮੈਰੀਕਨਸ ਦੀ ਬਹੁਤ ਸਾਰੀ ਜਾਣਕਾਰੀ ਬਾਹਰ ਨਹੀਂ ਆਉਂਦੀ, ਪਰ ਅਸੀਂ ਦੇਖਦੇ ਹਾਂ ਕਿ ਇੱਥੇ ਜੇ ਕਨੈਟੀਕਟ ਦੇ ਵਿੱਚ ਲਾਇਬ੍ਰੇਰੀ ਦੇ ਵਿੱਚ ਇੱਕ ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਔਰ ਜਿਹੜਾ ਉਹ ਸਾਰਾ ਸਿੱਖ ਸਟਰਗਲ ਨਾਲ ਰਿਲੇਟਡ ਕੋਈ ਰੈਕਗਨੀਸ਼ਨ ਹੁੰਦੀ ਹੈ ਤੇ ਇੱਥੇ ਬੈਠਾ ਇਹਨਾਂ ਦਾ ਕੌਂਸਲ ਜਨਰਲ ਲੋਕਲ ਲੋਬੀ ਵੀ ਕਰਦਾ ਔਰ ਉੱਥੋਂ ਚੁਕਾਉਣ ਦਾ ਕੰਮ ਕਰਦਾ। ਜੇ ਫ੍ਰੈਜ਼ਨੋ ਦੇ ਵਿੱਚ ਉਹਨਾਂ ਦੀ ਸਿਟੀ ਕੌਂਸਲ 1984 ਨੂੰ ਸਿੱਖ ਜੈਨੋਸਾਈਡ ਐਲਾਨਣ ਦਾ ਮਤਾ ਪਾਸ ਕਰਨ ਜਾਂਦੀ ਹੈ ਤੇ ਉਸ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਕੌਂਸਲ ਜਨਰਲ ਹੈ ਉੱਥੇ ਸੈਨ ਫਰਾਂਸਿਸਕੋ ਦੇ ਵਿੱਚ ਬੈਠਾ ਹੋਇਆ ਉਹ ਲੋਬੀ ਕਰ ਰਿਹਾ ਵੀ ਇਹਨੂੰ ਨਾ ਇਹ ਬਿਲਕੁਲ ਇਵੇਂ ਨਹੀਂ ਕਰ। ਜਿਹੜੇ ਐਮਬੈਸੀਆਂ ਕੌਂਸਲਰ ਨੇ ਇਹਨਾਂ ਦਾ ਕੰਮ ਵੀਜ਼ੇ ਦੇਣਾ ਜਾਂ ਦੂਜਾ ਜਾਂ ਗਵਰਨਮੈਂਟ ਲੈਵਲ ਦੇ ਉੱਤੇ ਹੈ, ਇਹ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਇਹ ਤਾਂ ਵੀਜ਼ੇ ਔਰ ਪਾਸਪੋਰਟ ਨੂੰ ਐਜ਼ ਏ ਵੈਪਨ ਇਸਤੇਮਾਲ ਕਰਦੇ ਨੇ ਹਥਿਆਰ ਦੇ ਤੌਰ ਤੇ ਕਿ ਕਿੱਥੇ ਫੰਡ ਹੈ। ਔਰ ਇਹੀ ਕਾਰਨ ਹੈ ਕਿ ਸਾਡੇ ਬਹੁਤ ਵਾਰ ਜਿਹੜੇ ਵੱਡੇ ਗੁਰਦੁਆਰੇ ਨੇ ਉਹਨਾਂ ਦੇ ਪ੍ਰਧਾਨ ਸਕੱਤਰ ਵੀ ਹਾਜ਼ਰੀਆਂ ਲਵਾਉਂਦੇ ਨੇ, ਕੋਈ ਹਨੇਰੇ 'ਚ ਲਵਾਉਂਦਾ ਹੈ, ਕੋਈ ਸਵੇਰੇ ਲਵਾਉਂਦਾ ਹੈ, ਕਿਉਂਕਿ ਉਹਨਾਂ ਨੂੰ ਵੀ ਥਰੈਟ ਹੁੰਦੀ ਹੈ ਕਿ ਜੀ ਤੁਹਾਡੇ ਕਾਰੋਬਾਰ ਉੱਥੇ ਨੇ, ਤੁਹਾਡਾ ਇਹ ਉੱਥੇ ਹੈ, ਤੁਹਾਡਾ ਉਹ ਉੱਥੇ ਹੈ। ਸੋ ਮੈਂ ਸਮਝ ਰਿਹਾ ਕਿ ਵੀ ਇਸ ਗੱਲ ਬਾਰੇ ਸਾਨੂੰ ਆਪਣੇ ਹੱਕਾਂ ਤੋਂ ਜਾਗਰੂਕ ਹੋਣਾ ਚਾਹੀਦਾ, ਇਹ ਕੋਈ ਇੰਟਰਫੇਰੈਂਸ ਨਹੀਂ ਕਰ ਸਕਦੇ ਸਾਡੇ ਮਾਮਲਿਆਂ 'ਚ, ਅਸੀਂ ਵੈਲ ਵਿਦ ਇਨ ਦਾ ਲਾਅ ਖਾਲਿਸਤਾਨ ਦੀ ਮੰਗ ਕਰਨਾ ਕਾਨੂੰਨੀ ਤਰੀਕੇ ਦੇ ਨਾਲ, ਉਹ ਇਹਨਾਂ ਮੁਲਕਾਂ ਦੇ ਕਾਨੂੰਨ ਦੇ ਮੁਤਾਬਕ, ਇੰਟਰਨੈਸ਼ਨਲ ਲਾਅ ਦੇ ਮੁਤਾਬਕ, ਯੂਨਾਈਟਿਡ ਨੇਸ਼ਨਸ ਦੇ ਚਾਰਟਰ ਦੇ ਮੁਤਾਬਕ ਜਸਟੀਫਾਈਡ ਹੈ। ਪਰ ਅੱਜ ਜਦੋਂ ਅਸੀਂ ਉਹਨਾਂ 331 ਮਾਸੂਮਾਂ ਨੂੰ ਯਾਦ ਕਰ ਰਹੇ ਹਾਂ ਜਿਹਨਾਂ ਦੀਆਂ ਜ਼ਿੰਦਗੀਆਂ ਭਾਰਤੀ ਏਜੰਸੀਆਂ ਦੀ ਇਸ ਭੱਦੀ ਜਿਹੜੀ ਖੇਡ ਸੀ ਉਹਦੇ 'ਚ ਗਈਆਂ, ਉੱਥੇ ਇਸ ਗੱਲ ਤੋਂ ਵੀ ਜਾਗਰੂਕ ਹੋਈ ਹੈ ਕਿ ਜਿਹੜਾ ਕੰਮ ਉਹਨਾਂ ਨੇ 35 ਸਾਲ ਪਹਿਲਾਂ ਕੀਤਾ ਸੀ ਅੱਜ ਵੀ ਉਸੇ ਜ਼ੋਰ ਦੇ ਨਾਲ ਉਹ ਲੱਗੇ ਹੋਏ ਨੇ। ਔਰ ਵਰਲਡ ਸਿੱਖ ਪਾਰਲੀਮੈਂਟ ਨੇ ਆਪਣੀ ਸਟੇਟਮੈਂਟ 'ਚ ਠੀਕ ਮੰਗ ਕੀਤੀ ਹੈ ਕਿ ਜਿਹੜਾ ਮਾਸਟਰ ਮਾਈਂਡ ਸੀ ਇਸ ਸਾਰੇ 'ਚ ਏਅਰ ਇੰਡੀਆ ਦੇ ਪਿੱਛੇ ਉਹਨੂੰ ਜਿਹੜਾ ਬੇਨਕਾਬ ਕੀਤਾ ਜਾਏ। ਔਰ ਜ਼ਾਹਰ ਹੈ ਕਿ ਉਹ ਭਾਰਤ ਦੀਆਂ ਖੁਫੀਆ ਏਜੰਸੀਆਂ ਔਰ ਭਾਰਤ ਦਾ ਉਹ ਤੰਤਰ ਜਿਹੜਾ ਅੱਜ ਵੀ ਸਿੱਖਾਂ ਦੇ ਮਾਮਲੇ ਦੇ ਵਿੱਚ, ਔਰ ਇਸੇ ਵਜ੍ਹਾ ਕਰਕੇ ਜਦੋਂ ਇਹ ਫੈਸਲਾ ਬਾਹਰਲੀਆਂ ਸਿੱਖ ਜਥੇਬੰਦੀਆਂ ਨੇ 135 ਤੋਂ ਜ਼ਿਆਦਾ ਗੁਰਦੁਆਰਾ ਕਮੇਟੀਆਂ ਔਰ ਦੂਜਿਆਂ ਨੇ ਲਿਆ ਕਿ ਕੋਈ ਭਾਰਤੀ ਡਿਪਲੋਮੈਟ, ਐਮਬੈਸਡਰ, ਕੋਈ ਵੀ ਜਿਹੜਾ ਗੁਰਦੁਆਰੇ ਦੀ ਸਟੇਜ ਤੋਂ ਜਿਹੜਾ ਉਹ
ਉਹਨੂੰ ਐਡਰੈਸ ਕਰਨ ਦਾ ਹੱਕ ਨਹੀਂ ਹੈ ਇਹਦੀ ਵਜ੍ਹਾ ਕਰਕੇ ਕਿ ਕਿਵੇਂ ਇਹ ਸਾਡੀ ਇੱਥੋਂ ਦੀ ਜ਼ਿੰਦਗੀ ਦੇ ਵਿੱਚ ਵੀ ਇੰਟਰਫੀਅਰ ਕਰਦੇ ਨੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਦੂਸਰੇ ਮੁੱਦੇ ਬਾਰੇ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਸੋ ਇੱਥੇ ਲੈਂਦੇ ਹਾਂ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਛੋਟੇ ਜਿਹੇ ਵਕਤ